dear students you are welcome in today's session today we will do the chapter the gold frame by arkelakshman from the section c of your book is the pehla ap main points karange beta summary de roop vich ਤਾਂ ਕਿ ਸਾਰੇ ਕੁਐਸਚਨਸ ਅਸੀਂ ਡਿਵੈਲਪ ਕਰ ਸਕੀਏ ਔਰ ਸਮਰੀ ਤੋਂ ਬਾਅਦ ਤੁਸੀਂ ਕੋਸ਼ਿਸ਼ ਵੀ ਕਰਿਆ ਕਰੋ ਪ੍ਰਸ਼ਨ ਬਣਾਉਣ ਦੀ ਕਿ ਤੁਹਾਨੂੰ ਉੱਤਰ ਆਉਂਦੇ ਆ ਕਿ ਨਹੀਂ ਆਉਂਦੇ ਕਾਫੀ ਹੱਦ ਤੱਕ ਤੁਹਾਨੂੰ ਇਸ ਤੋਂ ਮਦਦ ਮਿਲ ਜੇਗੀ ਫਿਰ ਆਪਾਂ ਪ੍ਰਸ਼ਨ ਉੱਤਰ ਵੀ ਬਾਅਦ ਚ ਡਿਸਕਸ ਕਰ ਲਾਂਗੇ ਤਾਂ ਇਸ ਦੇ ਰਾਈਟਰ ਨੇ ਆਰ ਕੇ ਲక్ష్ਮਨ ਜੀ ਜਿਹੜੇ ਇੰਡੀਅਨ ਕਾਰਟੂਨਿਸਟ ਇਲਸਟ੍ਰੇਟਰ ਐਂਡ ਹਿਊਮਰਿਸਟ ਮਤਲਬ ਉਹ ਕਾਰਟੂਨਸ ਅਖਬਾਰਾਂ ਦੇ ਵਿੱਚ ਵੀ ਜਿਾ ਕਿ ਧਿਆਨ ਦੇ ਰਹੇ ਨੇ ਉਹਨਾਂ ਦੇ ਆਰ ਕੇ ਲక్ష్ਮਨ ਦੇ ਹੋਰ ਮਤਲਬ ਪਬਲਿਕ ਮੀਡੀਆ ਦੇ ਵਿੱਚ ਹਿਊਮਰਿਸਟ ਵੀ ਨੇ ਮਤਲਬ ਕਮੇਡੀ ਦੇ ਤੌਰ ਤੇ ਉਹਨਾਂ ਦਾ ਹਿਊਮਰ ਬੜਾ ਵੰਬੰਗ ਜੋ ਹੈ ਕਾਫੀ ਪ੍ਰਸਿੱਧ ਰਹੇ ਨੇ ਇਸ ਵਿੱਚ ਇਸ ਸਟੋਰੀ ਦੇ ਵਿੱਚ ਵੀ ਉਹਨਾਂ ਨੇ ਇੱਕ ਕਹਿ ਲੋ ਹਾਸੋਹੀਣੀ ਘਟਨਾ ਲੈ ਲੋ ਜਾਂ ਕਿਸ ਤਰ੍ਹਾਂ ਦੇ ਵੀ ਇੱਕ ਛੋਟੀ ਜੀ ਘਟਨਾ ਨੂੰ ਲੈ ਕੇ ਉਹਨਾਂ ਨੇ ਸਟੋਰੀ ਬਾਇੰਡ ਕੇ ਬਿਆਨ ਕੀਤੀ ਹੈ ਇੱਕ ਪਿਕਚਰ ਬਾਰੇ ਕਿ ਕਿਸ ਤਰ੍ਹਾਂ ਕਿਸੇ ਦੇ ਦਾਦਾ ਜੀ ਦੀ ਪਿਕਚਰ ਬਦਲ ਜਾਂਦੀ ਹੈ ਪਰ ਕਸਟਮਰ ਨੂੰ ਪਤਾ ਤੱਕ ਨਹੀਂ ਲੱਗਦਾ ਤਾਂ ਇਸ ਵਿੱਚ ਵੀ ਵਿਅੰਗ ਕੀਤਾ ਗਿਆ ਕਿਸ ਦੀ ਸਟੋਰੀ ਹੈ ਹੈ দত্ত দত্ত ਕੌਣ ਹੈ ਬੇਟਾ ਪਿਕਚਰ ਫਰੇਮ ਬੇਕਰ ਜਿਹੜਾ ਕਿ ਫੋਟੋਆਂ ਦੇ ਫਰੇਮ ਬਣਾਉਂਦਾ ਹੈ ਫਰੇਮ ਤੁਹਾਨੂੰ ਪਤਾ ਹੈ ਨਾ ਜਿਹਦੇ ਵਿੱਚ ਆਪਾਂ ਫੋਟੋ ਜੜਦੇ ਆ ਜਾਂ ਅੱਗੇ ਵਿੱਚ ਪਾ ਲੈਂਦੇ ਸੀ ਇਸ ਤਰ੍ਹਾਂ ਲਗਾਨੇ ਆ ਸੋਨੇ-ਸੋਨੇ ਫਰੇਮਸ ਦੇ ਵਿੱਚ ਆਪਾਂ ਫਰੇਮਿੰਗ ਕਰਦੇ ਆ ਹੁਣ ਵੀ ਫੋਟੋਸ ਦੀ ਸਾਇਲੈਂਟ ਐਂਡ ਹਾਰਡ ਵਰਕਿੰਗ ਦੋ ਗੋਨੋ ਦੇ ਨਾਲੋਂ ਨਾਲ ਕਿਤੇ ਉਹਦਾ ਜਿਹੜਾ profession ਕੀ ਹੈ ਉਹਦਾ ਕੀਤਾ ਕੀ ਹੈ ਫਰੇਮ ਮੇਕਰ ਹੈ ਸ਼ਾਰਟ ਕੁਐਸਚਨ ਦੇ ਵਿੱਚ ਆਵੀ ਜਮੇ ਨੇਮ ਕੀ ਹੈ ਦਿੱਤਾ ਸਾਇਲੈਂਟ ਚੁੱਪ ਰਹੰਦਾ ਹਾਰਡ ਵਰਕਿੰਗ ਮਿਹਨਤੀ ਹੈ ਜ਼ਿਆਦਾ ਬੋਲਦਾ ਨਹੀਂ ਆਪਣੇ ਕੰਮ ਨਾਲ ਮਤਲਬ ਰੱਖਦੇ ਗੇਵ लेकोनिक आंसर्स टू द कस्टमर्स लेकोनिक हुंदे शॉर्ट बिल्कुल ब्रीफ जैसे कोई पूछदा है ये काम हो गया हां जी कदों होगा जी कल ਐਨਾ ਕੀ ਉੱਤਰ ਉਹ ਦਿੰਦੇ ਲੈ ਕੋਨੀ ਕੰਸਰਸ ਦਿੰਦੇ ਉਹ ਕਸਟਮਰਸ ਨੂੰ ਆਪਾਂ ਨੂੰ ਕਈ ਵਾਰ ਇਸ ਵਰਡ ਬਾਰੇ ਨਹੀਂ ਪਤਾ ਹੁੰਦਾ ਤਾਂ ਮੈਂ ਅੰਡਰਲਾਈਨ ਕੀਤੇ ਤੁਹਾਡੇ ਲਈ ਇਹ ਡਿਸਕਰੇਜਡ ਕੈਜੂਅਲ ਫਰੈਂਡਸ ਐਂਡ देयर ਆਈਡਲ ਗੋਸਿਪ ਡਿਸਕਰੇਜ ਮਤਲਬ ਉਹਨਾਂ ਨੂੰ ਪਸੰਦ ਨਹੀਂ ਕਰਦਾ ਕੈਜੂਅਲ ਜਿਹੜੇ ਆਮ ਹੀ ਆ ਕੇ ਮਿੱਤਰ ਬੈਠ ਜਾਂਦੇ ਤੇ ਆਈਡਲ ਗੋਸਪ ਬੇਲੀ ਗੱਲਬਾਤ ਕਰਨ ਮਤਲਬ ਇੰਨਾ ਆਪਣੇ ਕੰਮ ਪ੍ਰਤੀ ਡੈਡੀਕੇਟਿਡ ਆ ਕਿ ਫालतू ਦੀਆਂ ਗੱਲਾਂ ਪਸੰਦ ਨਹੀਂ ਕਰਦਾ ਆਲਵੇਸ ਸੀਨ ਸਿਟਿੰਗ ਹੰਚ ਟਾਪ ਚੌਂਕੜੀ ਮਾਰ ਕੇ ਬੈਠਦੇ ਹੰਚ ਟਾਪ ਕੀ ਹੁੰਦੇ ਬੇਟਾ ਚੌਂਕੜੀ ਮਾਰ ਕੇ ਬੈਠਣਾ ਜਿਵੇਂ ਕੁਐਸਚਨ ਮੈਂ ਬ੍ਰੈਕਟ ਦੇ ਵਿੱਚ ਲਿਖਿਆ ਦੇਖੋ ਹਾਊ ਡਿਡ ਹੀ ਸਿਟ ਕਿਸ ਤਰ੍ਹਾਂ ਉਹ ਬੈਠਦਾ ਸੀ ਹੀ ਸੈਟ ਹੰਚ ਟਾਪ ਚਾਹੀ ਸੀ ਹੀ ਵਾਸ ਸੀਨ ਸਿਟਿੰਗ ਹੰਚ ਟਾਪ ਤੋਂ ਐਗਜ਼ਾਮਪਲਸ ਮੇ ਦੇਖੋ 3-4 ਕੁਐਸਚਨ ਆਪਣੇ ਨਿੱਕੇ-ਛੇਜ ਪੈਰਾਗ੍ਰਾਫ ਚ ਬਣ ਗਏ ਕੌਨ ਸੀ ਵਟ ਇਜ਼ ਅ ਨੇਮ ਆਫ ਦਾ ਫੋਟੋਫਰੇਮ ਮੇਕਰ ਦੱਤਾ ਹੂ ਵਾਸ ਹੀ ਕੀ ਕੰਮ ਕਰਦਾ ਸੀ ਫੋਟੋਫਰੇਮ ਮੇਕਰ ਆਰ ਕੇਉਜਾ ਸੀ ਗੋਨ ਸਾਇਲੈਂਟ ਐਂਡ ਹਾਰਡ ਵਰਕਿੰਗ ਕੇਉਜੇ ਅਨਸਰਸ ਹਿੰਦਾ ਸੀ ਕੁਐਸਚਨਸ ਲੈਕੋਨਿਕ ਅਨਸਰਸ ਕਿਸ ਤਰ੍ਹਾਂ ਬੈਟਦਾ ਸੀ ਹਾਂ ਸਟੱਪ ਸਰਾਊਂਡਡ ਬਾਈ ਕਾਰਡਵੁੱਡ ਪੀਸੇਸ ਬਿਟਸ ਆਫ ਬੁੱਡ ਕਲਾਸ਼ ਸ਼ੀਟਸ ਬਾਕਸੇਸ ਆਫ ਨੇਲਸ ਨੇਲ ਜਿੱਥੇ ਨਾ ਨਹੀਂ ਹੁੰਦਾ ਬਟਨ ਨੇਲਸ ਦੇ ਕਈ ਜਿਵੇਂ ਇੰਗਲਿਸ਼ ਦੇ ਵਿੱਚ ਹੁੰਦੇ ਨੇ ਇੱਕ ਵਰਡ ਦੇ ਕਈ ਮੀਨਿੰਗ ਹੁੰਦੇ ਤੇ ਮੇਖਾਂ ਨੇ ਗਲੂ ਬੋਟਲਸ ਗੋਂਦੀਆਂ ਸ਼ੀਸ਼ੀਆਂ ਪੇਂਟ ਟਿਨ ਪੇਂਟ ਵਾਲੇ ਟਿਨ ਐਂਡ ਅਦਰ ਆਡਸ ਤੇ ਹੋਰ ordinances ਮਤਲਬ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ফর ਫ੍ਰੇਮਿੰਗ ਅ ਪਿਕਚਰ ਜੋ ਵੀ ਪਿਕਚਰ ਲਈ ਚਾਹੀਦੀ ਹੈ ਦੇਖੋ ਲਿਸ ਥਿੰਗਸ ਮੈਂ ਸ਼ਾਰਟ ਦੇ ਵਿੱਚ ਕੁਸਚਨ ਲਿਖਿਆ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਉਹ ਸਾਊਂਡ ਕਰਦਾ ਸੀ ਤਾਂ ਆਪਾਂ ਸਾਰੀਆਂ ਚੀਜ਼ਾਂ ਬੋਲ ਸਕਦੇ ਹਾਂ ਜਿਹੜੀਆਂ ਆਪਾਂ ਕੀਤੀਆਂ ਨੇ ਕਿ ਕਾਰਡਬੋਰਡ ਦੇ ਟੁਕਟੇ ਲੱਕੜੀ ਗਲਾਸ ਸ਼ੀਸ ਸਨਿਲਸ ਗਲੂ ਬੋਟਲਸ ਇਤਸੈਟਰਾ ਜਿਹੜੀਆਂ ਵੀ ਪਿਕਚਰ ਨੂੰ ਫਰੇਮ ਕਰਨ ਲਈ ਚਾਹੀਦੀਆਂ ਹੁੰਦੀਆਂ ਨੇ ਗਲਾਸ ਕਟਰ ਔਰ ਅ ਪੈਨਸਲ ਸਟੱਬ ਆਫਨ ਲੌਸਟ ਕਈ ਵਾਰ ग्लास ਨੂੰ ਕੱਟਣ ਨਾਲ ਛੋਟਾ ਜਿਹਾ ਹੀ ਹੁੰਦਾ ਨਾ ਕਟਰ ਉਹ ਤੇ ਪੈਨਸਲ ਸਟੱਬ ਮਤਲਬ ਪੈਨਸਲ ਦਾ ਟੁਕੜਾ ਕਈ ਵਾਰ ਘੁੰਮ ਜਾਂਦਾ ਪਤਾ ਨਹੀਂ ਕਿ ਸਿ ਲੱਗਦਾ ਹੀ ਹੈ ਟੂ ਸਟੈਂਡ ਅਪ ਉਸਨੂੰ ਖੜਾ ਹੋਣਾ ਪੈਂਦਾ ਦੇਖਣ ਲਈ ਐਂਡ ਸ਼ੇਕ ਹਿਸ ਧੋਤੀ ਟੂ ਫਾਈਂਡ ਥਿਸ ਉਹਨੇ ਤਾਂ ਧੋਤੀ ਪਾਈ ਹੁੰਦੀ ਸੀ ਉਸਨੂੰ ਹਿਲਾਉਂਦਾ ਸੀ ਉਹ ਲੱਭਣ ਵਾਸਤੇ ਥਿਸ ਸ਼ੁਕ ਦਾ ਸ਼ੌਪ ਦੇਖੋ ਬੜੀ ਅਜੀਬ ਜਿਹੀ ਗੱਲ ਐ ਇਥੋਂ ਪਤਾ ਲੱਗਦਾ ਉਹਦੀ ਸ਼ਾਪ ਪਰ ਕਿੰਨੀ ਕਮਜ਼ੋਰ ਸੀ ਕਿ ਤੋਤੀ ਹਿਲਾਣ ਲੱਗੇ ਸਾਰੀ ਸ਼ਾਪ ਹਿੱਲਣ ਲੱਗ ਜਾਂਦੀ ਸੀ ਐਂਡ ਆਲ ਪਿਕਚਰਸ ਔਨ ਦਾ ਵਾਲਸ ਤੇ ਦੀਵਾਰਾਂ ਤੇ ਬਣੀਆਂ ਸਾਰੀਆਂ ਤਸਵੀਰਾਂ ਵੀ ਹਿੱਲਣ ਲੱਗ ਜਾਂਦੀਆਂ ਵਾਟ ਹਾਪਨ ਟੂ ਸ਼ਾਪ ਵੈਨ ਹੀ ਸ਼ੁਕ ਹਿਸ ਧੋਤੀ ਕੁਐਸਚਨ ਬਣ ਗਿਆ ਨਾ ਕਿ ਇਹਦੀ ਸ਼ਾਪ ਨੂੰ ਕੀ ਹੁੰਦਾ ਜਦ ਜਦ ਉਹ ਤਹਿਲਣ ਲੱਗਦਾ ਹੈ ਨਾ ਅਸੋ ਹੀ ਨੇ ਕਿ ਉਹਦੀ ਵਸ ਇੱਕ ਖੜੀ ਸੀ ਦੁਕਾਨ ਉਹ ਦੁਕਾਨ ਹੀ ਨਹੀਂ ਸੀ ਪ੍ਰੋਪਰ ਜਿਵੇਂ ਖੋਖਾ ਟਾਈ ਪੰਜਾਬੀ ਚੱਪਾ ਕਹਿ ਲੀਏ ਹੁਣ ਅਬਾਊਟ ਸ਼ਾਪ ਮੈਂ ਹੈਡਿੰਗ ਬਣਾਇਆ ਤੁਹਾਡੇ ਲਈ ਈਜ਼ੀ ਹੋ ਜਾਂਦੇ ਨੇਮ ਕੀ ਸੀ ਦਾ ਮਾਡਰਨ ਫਰੇਮਵਰਕਸ ਹਾਂਜੀ ਨਾਮ ਕੀ ਹੈ ਸ਼ਾਪ ਦਾ ਮਾਡਰਨ ਫਰੇਮਵਰਕਸ ਇਟ ਵਾਸ ਅ ਲਾਰਜ ਵੁਡਨ ਪੈਕਿੰਗ ਕੇਸ ਪਲੇਸਡ ਔਨ ਸ਼ੇਕੀ ਲੈਗਸ ਤਾਂ ਇਹ ਦੁਕਾਨ ਦੀ ਡਿਸਕ੍ਰਿਪਸ਼ਨ ਹੈ ਇਹ ਤੁਹਾਨੂੰ ਕਈ ਵਾਰ ਲੌਂਗ ਕੁਐਸਚਨ ਦੇ ਰੂਪ ਵਿੱਚ ਵੀ ਆ ਸਕਦੇ ਸ਼ਾਰਟ ਤਾਂ ਆਣੀ ਬੜੀ ਹੋ ਹੈ ਕਿ ਸ਼ਾਪ ਬਾਰੇ ਦੱਸੋ ਇੱਕ ਤਾਂ ਨਾਮ ਮਾਡਰਨ ਫਰੇਮਵਰਕ ਸੇ ਆਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਅਕਸਰ ਹੀ ਆਂਦਾ ਹੈ ਤਾਂ ਵੱਡਾ ਸਾਰਾ ਜਿਵੇਂ ਬੁੱਡ ਦਾ ਬਕਸਾ ਜਾ ਹੋਵੇ ਪੈਕਿੰਗ ਕੇਸ ਹੋਵੇ ਤੇ ਸ਼ੇਕੀ ਮਤਲਬ ਹਿੱਲਣ ਜੋਗ ਲੱਤਾਂ ਉਦਿਆਂ ਲੱਤਾਂ ਕਮਜ਼ੋਰ ਜਿਹਾ ਉੱਤੇ ਖੜਾ ਸੀ ਉਹ ਤਾਂ ਮੈਂ ਤੁਹਾਨੂੰ ਪੰਜਾਬੀ ਵਿੱਚ ਵੈਸੇ ਸਮਝਾ ਵੀ ਦਿੱਤੇ ਕਿ ਖੋਖਾ ਟਾਈਪ ਤੁਹਾਨੂੰ ਪਤਾ ਇਹਦੇ ਬਾਰੇ ਵਿੱਚ 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 ਨਾ ਮੈਡੀਕਲ ਸਟੋਰ ਐਂਡ ਰੇਡੀਓ ਰਿਪੇਅਰ ਸ਼ਾਪ ਦੋ ਦੁਕਾਨਾਂ ਦੇ ਵਿਚਾਲੇ ਇੱਕ ਮੈਡੀਕਲ ਸਟੋਰ ਸੀ ਇੱਕ ਪਾਸੇ ਇੱਕ ਪਾਸੇ ਰੇਡੀਓ ਰਿਪੇਅਰ ਸ਼ਾਪ ਇਹ ਵੀ ਬੜਾ ਇੰਪੋਰਟੈਂਟ ਕਸਚ ਹੈ ਨਾ ਆਨ ਤੱਤਾ ਹੈਵਿੰਗ ਅ ਸਲਿਮ ਬਾਡੀ সিলਵਰ ਰਿੰਡ ਗਲਾਸੇਸ ਐਂਡ ਕੰਪਲੈਕਸ਼ਨ ਆਫ ਸੀਜ਼ਨ ਟੈਂਬਰ ਦੋ ਤਿੰਨ ਚੀਜ਼ਾਂ ਆ ਉਹਦੀ ਫਿਜ਼ੀਕਲੀ ਡਿਸਕ੍ਰਿਪਸ਼ਨ ਹੈ ਪਹਿਲਾਂ ਉਹਦੇ ਮੈਂਟਲ ਗੁਣਾਵਾਰੇ ਆਇਆ ਸੀ ਸਾਇਲੈਂਟ ਐਂਡ ਹਾਰਡ ਵਰਕਿੰਗ ਇਹ ਫਿਜ਼ ਸਿਲਵਰ ਰੀਮਡ ਗਲਾਸੇਸ ਪੈਂਦੇ ਹਨ ਕੰਕਾ ਪੈਂਦੇ ਤੇ ਉਹਦੀ ਜਿਹੜੀ ਕੰਪਲੈਕਸ਼ਨ ਹੈ ਉਹ ਲੱਕੜੀ ਵਰਗੀ ਹੈ ਸੀਜ਼ਨ ਟੈਂਬਰ ਵਰਗੀ ਹੈ ਜੋ ਬਾਲਸ ਨੇ ਉਹ ਸੰਤਾਂ ਦੀਆਂ ਦੇਵਤਿਆਂ ਦੀਆਂ ਹਾਕੀ ਖਿਡਾਰੀਆਂ ਦੀਆਂ ਬੱਚਿਆਂ ਦੀਆਂ ਤੇ ਮੋਨਾ ਲੀਜ਼ਾ ਦੇ ਚੀਪ ਪ੍ਰਿੰਟ ਸਸਤੇ ਵੱਲੇ ਜਿਹੜੇ ਪ੍ਰਿੰਟਸ ਨੇ ਮੋਨਾ ਲੀਜ਼ਾ ਦੀ ਪੇਂਟਿੰਗ ਕਾਫੀ ਮਹਿੰਗੀ ਮੰਨੀ ਜਾਂਦੀ ਹੈ ਉਸ ਦੇ ਸਸਤੇ ਪ੍ਰਿੰਟ ਦੀਆਂ ਕਾਪੀਆਂ ਜਨ ਕੇ ਹੋਵੇ ਉਹ ਲੱਗੀਆਂ ਹੋਈਆਂ ਦੇਸ਼ ਦੇ ਲੀਡਰਸ ਦੀਆਂ ਨੈਸ਼ਨਲ ਲੀਡਰਸ ਪੈਡਿੰਗ ਕਪਲਸ ਨਵੇਂ ਬੇ ਜੋੜੇ ਕੈਲੀਗ੍ਰਾਫੀ ਜਿਹਦੇ ਵਿੱਚ ਉਰਦੂ ਕੈਲੀਗ੍ਰਾਫੀ ਜੋ ਉਰਦੂ ਦੀ ਲਿਖਤਾਂ ਨੇ ਹੱਥ ਲਿਖਤਾਂ ਸਨੋ ਕਲੈਡ ਫੁਜਾਮਾ ਜਾਪਾਨ ਦੇ ਵਿੱਚ ਇੱਕ ਵੈਲਕਨ ਹੋਇਆ ਉਹ ਜੋ ਬਰਫ਼ ਨਾਲ ਲੱਦਿਆ ਹੋਇਆ ਬਰਫ਼ ਨਾਲ ਟੱਕਿਆ ਹੋਇਆ ਇਹਦੀਆਂ ਪਿਕਚਰਸ ਨੇ ਇਹ ਵੀ ਤੁਹਾਨੂੰ ਸ਼ਾਰਟ ਐਂਡ ਲੌਂਗ ਕੁਐਸਚਨ ਦੋਨਾਂ ਦੇ ਰੂਪ ਵਿੱਚ ਆ ਸਕਦਾ ਹੈ ਅ ਕਸਟਮਰ ਸਟੈਂਡਿੰਗ ਆਊਟਸਾਈਡ ਦਾ ਸ਼ਾਪ ਅਗਲੀ ਘਟਨਾ ਸ਼ੁਰੂ ਹੋ ਗਈ ਕਿ ਇੱਕ ਕਸਟਮਰ ਖੜਾ ਹੈ ਸ਼ਾਪ ਦੇ ਬਾਹਰ ਵਾਂਟਡ ਅ ਪਿਕਚਰ ਫਰੇਮਡ ਉਹਨੇ ਕੀ ਕੰਮ ਕਰਾਉਣਾ ਪਿਕਚਰ ਨੂੰ ਫਰੇਮ ਕਰਾਣਾ ਤਾਂ ਤਾਂ ਇੱਕ ਨੋਟ ਤਤਾ ਨੇ ਉਹਨੂੰ ਇਗਨੋਰ ਕਰਤਾ ਕੰਟੀਨਿਊਡ ਡਰਾਈਵਿੰਗ ਸਕਰੂਸ ਇੰਟੂ ਦਾ ਸਾਈਡ ਆਫ ਅ ਫਰੇਮ ਆਪਣੇ ਫਰੇਮ ਦੇ ਵਿੱਚ ਸਕਰੂ ਕਸਦਾ ਰਿਹਾ ਤਕਸਮੈ ਪਲੇਸਡ ਅ ਫੋਟੋਗ੍ਰਾਫ ਆਫ ਐਨ 올ਡ ਮੈਨ ਟੂ ਬੀ ਫਰੇਮਡ ਉਹਨੇ ਫੋਟੋਗ੍ਰਾਫ ਰੱਖਤੀ ਫਰੇਮ ਕਰਨ ਵਾਲੀ ਗੁੱਡ ਵਿਦਆਊਟ ਬਾਦਰਿੰਗ ਇਟਸ ਗੋਸਟ ਕਿਉਂ ਉਹਨੂੰ ਫਰੇਮ ਅੱਛਾ ਕਰਨੇ ਕਾਸਟ ਦੀ ਉਹਨੂੰ ਕੋਈ ਪਰਵਾਹ ਨਹੀਂ ਹੈ ਦ ਤਤਾ ਸਟਿਲ ਬੈਂਟਰ ਓਵਰ ਹਿਸ ਬੁੱਕ ਪਰ ਦ ਤਤਾ ਹਲੇ ਵੀ ਆਪਣੇ ਕੰਮ ਤੇ ਝੁਕਿਆ ਪਿਆ pentover is work asked what sort of a framework you like te o me puchya ke oh ja frame chahida sort me na type kisam ta kisam i wanted the best kisam nu ki chahida si best frame chahida si ditta sa the photographer ditta ne photo nu vekhya analogly person of those days ik buzurg vyakti si standard portrait of a grandfather ik dada ji da portrait si chitra si at least half a dozen people came to him every month with similar portraits agon dattavari dassagey lekhak ne ki dassa ke lagbhag adha darjan log yani ke 6 de kareeb keh lo apan darjan adhi darjan de log kaam ga ode kol aande si har mahine is tarah de portraits laake taaki onna nu frame kita ja sake to show respect ਆਪਣੀ ਰਿਸਪੈਕਟ ਦਿਖਾਨ ਲਈ ਇਨ ਦਾ ਸ਼ੇਪ ਆਫ 글ਿਟਰਿੰਗ ਫਰੇਮ 글ਿਟਿੰਗ 온 ਦਾ ਚਮਕਦਾ ਹੋਇਆ ਕਿ ਚਮਕਦਾ ਫਰੇਮ ਚਾਹੀਦਾ ਇਹਨਾਂ ਨੂੰ ਤੇ ਕਸਟਮਰ ਡਿਸਕ੍ਰਾਈਬਡ ਕੁਆਲिटीज ਆਫ ਦਾ ਮੈਨ ਇਨ ਦਾ ਪਿਕਚਰ ਕਸਟਮਰ ਨੇ ਜੋ ਪਿਕਚਰ ਵਾਲਾ ਵਿਅਕਤੀ ਸੀ ਉਹਦੇ ਨੂੰ ਕੁਆਲिटीज ਨੂੰ ਡਿਸਕ੍ਰਾਈਬ ਕਰਨਾ ਸ਼ੁਰੂ ਕਰ ਦਿੱਤਾ ਕਿ ਨੋਬਲ ਅੱਛਾ ਹੈ ਕੰਪੈਸ਼ਨੇਟ ਐ ਲਵਿੰਗ ਹੈ ਚੈਰੀਟੇਬਲ ਲਵਿੰਗ ਸੀ ਚੈਰੀਟੇਬਲ ਦਾਨੀ ਸੀ ਵੀ ਇਹ ਸਾਰੇ ਗੁਣ ਸੀ ਉਹਦੇ ਵਿੱਚ ਹੀ ਵਾਸ ਗੋਡ ਇਨ ਹਿਸ ਹੋਮ ਉਹ ਤਾਂ ਉਹਨਾਂ ਦੇ ਘਰ ਵਿੱਚ ਜਿਵੇਂ ਰੱਬ ਸੀ ਉਕੇ ਹੁਣ ਉਹ ਡੈੱਡ ਹੈ ਹੁਣ ਮ੍ਰਿਤਕ ਹੈ ਇਸ ਦੁਨੀਆ ਵਿੱਚ ਨਹੀਂ ਹੈ ਉਹਦੇ ਦਾਦਾ ਜੀ ਦੀ ਫੋਟੋ ਹੈ ਇਹ ਤਾਂ ਉਹ ਕਹਿੰਦਾ ਕਿ ਉਹਦੇ ਵਿੱਚ ਇਹ ਸਾਰੀਆਂ ਕੁਆਲਿਟੀਜ਼ ਸੀ ਦੱਤਾ ਇੰਟਰੈਪਟ ਦੱਤਾ ਨੇ ਵਿਚੋਂ ਨਹੀਂ ਟੋਕਿਆ ਇੰਟਰੈਪਟਡ ਕਿਹਨਾਂ ਦੇ ਵਿਚੋਂ ਨਹੀਂ ਟੋਕਿਆ ਵਾਟ ਸੌਰਟ ਆਫ ਅ ਫਰੇਮ ਫਰੇਮ ਕਿਉਂ ਚਾਹੀਦਾ ਪਲੇਨ ਵੁੱਡਨ ਲੈਕਵਰ 골ਡ ਪਲਾਸਟਿਕ অর ਐਨੀਮਲ ਪੇਂਟ ਚਿੱਚ ਪਲੇਨ ਸਾਦਾ ਵੁੱਡਨ ਲੱਕੜੀ ਵਾਲਾ ਲੈਕਵਰ ਸ਼ੀਸ਼ਾ ਟਾਈਪ 골ਡ ਸੋਨੇ ਸੋਨੇ ਰੰਗਾ ਸੁਨਹਿਰੀ ਪਲਾਸਟਿਕ ਦਾ ਚੋ ਇਹਨੇ ਅਮਲ ਪੈਂਟਿਟ ਉਹਨੇ ਆਪਣਾ ਕੁਐਸਚਨ ਕਰਤਾ ਕਿ ਗੱਲਾਂ ਫालतू ਪਸੰਦ ਨਹੀਂ ਨਾ ਕਰਦਾ ਹੋ ਉਹਨੇ ਕਿਹਾ ਵੀ ਫਰੇਮ ਕਿਉਂ ਜਾ ਚਾਹੀਦਾ ਹੈ ਕਸਟਮਰ ਵਾਂਟਡ ਦ ਬੈਸਟ ਵਨ ਕਸਟਮਰ ਨੂੰ ਦ ਬੈਸਟ ਚਾਹੀਦਾ ਤਾਂ ਤਾਂ ਸੈਡ ਇਟ ਆਈ ਡੋਨਟ ਹੈਵ ਐਨੀ ਸੈਕੰਡ ਰੇਟ ਸਟਫ ਜਿਵੇਂ ਦੁਕਾਨਦਾਰ ਕਹਿੰਦੇ ਹੁੰਦੇ ਕਿ ਮੇਰੇ ਕੋਲ ਕੋਈ ਘਟੀਆ ਸਟਫ ਹੈ ਹੀ ਨਹੀਂ ਸ਼ੋਨ ਸੈਂਪਲਸ ਦਿਖਾਇਆ ਉਹਨੂੰ ਪਲੇਨ ਦਿਖਾਇਆ ਡੈਕੋਰੇਟਿਵ ਦਿਖਾਇਆ ਫਲੋਰਲ ਫੁੱਲਾਂ ਵਾਲਾ ਜਿਓਮੈਟ੍ਰਿਕਲ ਜਿਓਮੈਟ੍ਰਿਕਲ ਡਿਜ਼ਾਈਨ ਦਾ ਥਿਨ ਪਤਲਾ ਹੈਵੀ ਮੋਟਾ ਥੋੜਾ ਜਾਂ ਸੋ ਫੋਰth ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦਿਖਾਏ ਤੇ ਕਸਟਮਰ ਪਜ਼ਲਡ ਐਨੇ ਸਾਰੇ ਫਰੇਮ ਦੇਖ ਕੇ ਕਸਟਮਰ ਪਜ਼ਲ ਹੋ ਗਿਆ ਜਿਵੇਂ ਆਪਾਂ ਦੁਕਾਨ ਤੇ ਜਾ ਕੇ ਪਜ਼ਲ ਨਹੀਂ ਹੋ ਜਾਂਦੇ ਕਈ ਵਾਰ ਕਾਫੀ ਸਾਰੇ ਡਿਜ਼ਾਈਨ ਦੇ ਚੀਜ਼ਾਂ ਹੋਂ ਤਾਂ ਆਪਾਂ ਨੂੰ ਸਿਲੈਕਟ ਕਰਨਾ ਔਖਾ ਜਾਂਦਾ that i recommended a frame with good gold leaves and binding creepers thatne fir akhir aap hi recommend kita ik frame jide sunheri pattiyan si te binding creeper velan jiyan baniyan hoyiyan si imported from germany te jeda ke germany to mangwaya gaya si plain mount or cut mount fir aap hi kenda plain mount chahiye ke cut mount chahiye matlab de cutting kis tarah di karni hai sadhi dikhni hai ke cutting karni hai designing karna da shape again puzzlet ਫਿਰ ਕਸਟਮਰ ਪਾਜ਼ਲ ਹੋ ਗਿਆ ਤਾਂ ਤਾਂ ਸਜੈਸਟਡ ਦਾ ਕਟ ਮਾਉਂਟ ਲੁੱਕਡ ਐਲੀਗੈਂਟ ਐਲੀਗੈਂਟ 온 ਦਾ ਬਹੁਤ ਸੋਨਾ ਸ਼ਾਨਦਾਰ ਤਾਂ ਨੇ ਫੈਸਲਾ ਦਿੱਤਾ ਕਿ ਜਿਹੜਾ ਕਟ ਮਾਉਂਟ ਆ ਉਹ ਬੜਾ ਐਲੀਗੈਂਟ ਲੱਗੇਗਾ ਤਾਂ ਕਸਟਮਰ ਨੇ ਕੀ ਕੀਤਾ ਹੀ ਸਿਲੈਕਟਡ ਓਵਲ ਕਟ ਮਾਉਂਟ ਓਵਲ ਕਲਰ ਦਾ ਐਗ ਸ਼ੇਪਡ ਕਹ ਲਓ ਅੰਡਾਕਾਰ ਉਹ ਨੇ ਸਿਲੈਕਟ ਕਰ ਲਿਆ ਕਾਸਟ ਵਿਲ ਬੀ 17 ਰੁਪੀ ਮੈਂ ਕਿਉਂ ਅੰਡਰਲਾਈਨ ਕੀਤਾ ਕਿ ਤੇ ਕਿ ਸ਼ਾਰਟ ਕੁਸਟਮ ਦੇ ਵਿੱਚ ਆ ਸਕਦਾ ਕਿੰਨੀ ਕਾਸਟ ਹੈ ਆਬਜੈਕਟਿਵ ਟਾਈਪ ਕੁਐਸਚਨਸ ਬਣਦੇ ਨੇ ਕਿਹੜਾ ਕੱਟ ਹੈ oval cut ਕਾਸਟ ਕਿੰਨੀ ਹੈ 17 ਰੁਪੀ 17 not 70 not 7 only 17 ਕਸਟਮਰ ਟ੍ਰਾਈ ਟੂ ਵਰ अगेन ਕਸਟਮਰ ਨੇ ਮੋਲਤੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦਿੱਤਾ ਬੜਾ ਉਹ ਪ੍ਰੋਫੈਸ਼ਨਲ ਹੈ ਤਾਂ ਉਹ ਡਿਡਨਟ ਆਨਸਰ ਤਰੀ ਨਹੀਂ ਦਿੱਤਾ ਕਸਟਮਰ ਵੈਨ ਵਿਲ ਜੂ ਹੈਬਿਟ ਰੈਡੀ ਕਦ ਤੱਕ ਤਿਆਰ ਕਰ ਦੋਗੇ ਦਿੱਤਾ ਟੂ ਬਿਕਸ ਫਰਮ ਟੂਡੇ आज ਤੋਂ 2 ਹਫ਼ਤੇ ਬਾਅਦ ਦਿੱਤਜ ਐਕਸਪੀਰੀਅੰਸ ਕੀ ਐਕਸਪੀਰੀਅੰਸ ਹੀ ਦਿੱਤਾ ਦਾ ਕਸਮਰ ਨੈਵਰ ਕੇਮ ਪੰਕਚੁਲੀ ਇਨ ਐਡਵਾਂਸ देन ਡਿਸਪਾਇੰਟਡ অর ਲੇਟਰ অর ਸਮ ਨੈਵਰ ਕੇਮ ਕੀ ਇਸ ਐਕਸਪੀਰੀਅੰਸ ਹੀ ਉਹਦੇ ਇੱਕ ਤਾਂ ਕਿ ਪੰਕਚੁਲੀ ਤਾਂ ਆਂਦੇ ਹੀ ਨਹੀਂ ਸੀ ਟਾਈਮ ਤੇ ਕਦੇ ਇਹਨਾਂ ਐਡਵਾਂਸ ਆ ਜਾਂਦੇ ਤਾਂ ਡਿਸਪਾਇੰਟਡ ਨੇ ਨਿਰਾਸ਼ ਹੁੰਦੇ ਕਿ ਬਣਿਆ ਨਹੀਂ ਸੀ ਹੁੰਦਾ ਫਰੇਮ ਲੇਟ ਆਂਦੇ ਸੀ ਜਾਂ ਸ਼ਾਮ ਫਿਰ ਆਉਂਦੇ ਹੀ ਨਹੀਂ ਸੀ ਨੈਵਰ ਕਮ ਐਂਡ ਪਿਕਚਰਸ ਰਿਮੇਨ ਅਨਕਲੇਮਡ ਇਨ ਅ ਬਾਕਸ ਤੇ ਤਸਵੀਰਾਂ ਅਨਕਲੇਮਡ ਪਈਆਂ ਨੇ ਇੱਕ ਡੱਬੇ ਦੇ ਵਿੱਚ ਸੰਦੂਕ ਦੇ ਵਿੱਚ ਅਨਕਲੇਮਡ ਹੁੰਦੇ ਵੀ ਜਿਹਨੂੰ ਲੈਣ ਨਹੀਂ ਆਇਆ ਕੋਈ ਗੈਦਰਿੰਗ ਡਸਟ ਜਿੱਤੇ ਮਿੱਟੀ ਪਈ ਜਾਂਦੀ ਹੈ ਕਾਕਰੋਚਸ ਇਵਨ ਉਹਦੇ ਕਾਕਰੋਚ ਇਕੱਠੇ ਹੋ ਗਏ ਕਿਉਂਕਿ ਕਾਗਜ਼ ਦੀ ਹੁੰਦੀ ਹੈ ਤਾਂ ਸਿਲਵਰ ਫਿਸ਼ ਤੇ ਕਾਕਰੋਚਸ ਪੈਦਾ ਹੋ ਜਾਂਦੇ ਸੋ I मेड ਫ੍ਰੇਮਸ who came to him at least twice before he executed orders ਤਾਂ ਫਰੇਮ ਕਿੰਨਾਂ ਲਈ ਬਣਾਉਂਦਾ ਸੀ ਜਿਹੜੇ ਘਟੋ ਘਟੋ ਦੇ ਕੋਲ ਦੋ ਵਾਰ ਆ ਕੇ ਜਾਂਦੇ ਸੀ ਕਿ ਸਾਡਾ ਕੰਮ ਹੋਇਆ ਕਿ ਨਹੀਂ ਐਗਜ਼ੀਕਿਊਟ ਹੁੰਦੇ ਲੱਗ ਜਾਣਾ ਕੰਮ ਚ ਆਰਡਰ ਨੂੰ ਅਸਲ ਅਮਲੀ ਰੂਪ ਦੇ ਦੇਣਾ ਉਹ ਫੇਰ ਕੰਮ ਕਰਦਾ ਸੀ ਵੀ ਜੇ ਦੋ ਗੇੜੇ ਮਾਰ ਜਾਂਦੇ ਪਹਿਲਾਂ ਤੁਹਾਨੂੰ ਪਤਾ ਨਾ ਦੇਣ ਲੋਡ ਹੈ 10 days later the customer came and asked for the picture 10 ਦਿਨਾਂ ਬਾਅਦ ਕਸਟਮਰ ਆਇਆ ਤੇ ਪਿਕਚਰ ਬਾਰੇ ਪੁੱਛਿਆ ਤਾਂ ਤਾਂ ਨੋਡਡ ਹੀ ਸੈਟ ਉਹਨੇ ਨਾਂ ਵਿੱਚ ਸਿਰੇ ਲਾ ਦਿੱਤਾ ਕਸਟਮਰ ਆਸਕਡ ਇਫ ਇਟ ਊਡ ਬੀ ਰੈਡੀ ਬਾਈ ਟਿਊਜ਼ਡੇ ਕੀ ਮੰਗਲਵਾਰ ਤੱਕ ਤਿਆਰ ਹੋ ਚੁੱਕੀ ਤਾਂ ਦੱਤਾ ਡਿਸਾਈਡਡ ਟੂ ਡੂ ਦਾ ਜੌਬ ਦੱਤਾ ਨੇ ਸੋਚਿਆ ਵੀ ਇੰਤਾ ਸੀਰੀਅਸ ਮਾਮਲਾ ਹੈ ਕਰਨਾ ਹੀ ਪਊਗਾ ਹੀ ਟੁੱਕ ਦਾ ਪਿਕਚਰ ਲੁਕਡ ਫਾਰ ਦਾ ਪੈਨਸਲ ਸਟਫ ਫਾਰ ਮੈਜ਼ਰਮੈਂਟ ਤਸਵੀਰ ਲਈ ਪੈਨਸਲ ਦਾ ਟੁਕੜਾ ਲੱਭਣ ਲੱਗ ਪੈਨਸਲ ਦਾ ਟੁਕੜਾ ਚੱਕਿਆ ਤਾਂ ਕਿ ਉਹਦਾ ਮਾਪ ਕਰ ਸਕੇ ਐਜ਼ ਯੂਜ਼ੂਅਲ ਇਟ ਵਾਸ ਮਿਸਿੰਗ ਚੱਕਿਆ ਨਹੀਂ ਮਤਲਬ ਲੱਭਣ ਲੱਗਿਆ ਉਹਨੂੰ ਤਾਂ ਆਮ ਦੀ ਤਰ੍ਹਾਂ ਫੇਰ ਮਿਸਿੰਗ ਸੀ ਕਿਉਂਕਿ ਛੋਟਾ ਹੁੰਦਾ ਸੀ ਮਿਸ ਹੋ ਜਾਂਦਾ ਸੀ ਦੁਕਾਨ ਉਹ ਸੀ ਛੋਟੀ ਸੀ ਸਮਾਨ ਜਿਆਦਾ ਸੀ ਹੀ ਗਾਟ ਐਂਗਰੀ ਉਹ ਗੁੱਸੇ ਹੋ ਗਿਆ स्टूड अप ਟੂ ਸ਼ੇਕ ਧੋਤੀ ਬਾਇਲੈਂਟਲੀ ਫਟਾਫਟ ਧੋਤੀ ਨੂੰ ਹਿਲਾਉਣ ਲੱਗ ਗਿਆ ਤੇ ਜੀ ਨਾਲ ਗੁੱਸੇ ਨਾਲ ਇਟ ਅਪਸੈਟ ਟਿਨ ਕੰਟੇਨਿੰਗ ਵਾਈਟ ਇਨੇਮਲ ਪੇਂਟ ਇੱਕ ਟਿਨ ਦੇ ਵਿੱਚ ਵਾਈਟ ਕਲਰ ਦਾ ਰੰਗ ਪਿਆ ਸੀ ਐਂਡ ਇਟ ਲੈਂਡਡ ਔਨ ਦਾ ਫੋਟੋਗ੍ਰਾਫ ਔਫ ਦਾ 올 ਦੀ 올ਡ ਮੈਨ ਤੇ ਇਹ ਕਿੱਥੇ ਡਿੱਗ ਗਿਆ ਸਾਰਾ ਦਾ ਸਾਰਾ ਗਿਰ ਗਿਆ ਲੈਂਡਡ ਵੈਸਟ ਅ ਪਲੇਸ ਹੋਣਾ ਹੁੰਦਾ ਪੈ ਜਾਣਾ ਗਿਰ ਜਾਣਾ ਸਾਰਾ ਪੇਂਟ ਉਸ ਬਜ਼ੁਰਗ ਵਿਅਕਤੀ ਦੀ ਫੋਟੋਗ੍ਰਾਫ ਤੇ ਡਿੱਗ ਗਿਆ। दत्ता ਫੈਲਟ ਵੈਰੀ ਅਬਸੈਟ। ਉਹ ਤਾਂ ਪੂਰਾ ਅਬਸੈਟ ਹੋ ਗਿਆ। ਸਪੈਕਟिकल्स ਕਲਾਊਡਡ ਵਿਦ ਪਰਸਪੀਰੇਸ਼ਨ। ਉਸ ਦੀਆਂ ਅੱਖਾਂ ਪਸੀਨੇ ਨਾਲ ਭਰ ਗਈਆਂ। ਸਕਿੰਡ ਇਜ਼ ਵਿਜ਼ਨ ਉਸ ਦਾ ਵਿਜ਼ਨ ਧੁੰਦਲਾ ਹੋ ਗਿਆ। ਉਹ ਨੂੰ ਸੁਝ ਨਹੀਂ ਰਿਹਾ ਕਿ ਕੀ ਕਰ ਮੈਂ ਕੀ ਹੋ ਗਿਆ। ਹੀ ਟ్రਾਈ ਟੂ ਰੈਸਕਿਊ ਦ ਪਿਕਚਰ। ਰੈਸਕਿਊ ਹੁੰਦਾ ਬਚਾਉਣਾ। ਉਹਨੇ ਪਿਕਚਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਚਾਉਣ ਦੀ ਕੋਸ਼ਿਸ਼ ਕੀਤੀ ਰਬ ਸੋ ਹਾਰਡ ਵਿਦ ਅ ਕਲਾਥ। ਉਨੇ ਕਿਤੇ ਕਪੜਾ ਲਿਆ ਫਟਾਫਟ ਉਤੇ ਰਗੜਤਾ ਤਾਂ ਕਿ ਪੇਂਟ ਇਕੱਠਾ ਹੋ ਜਾਏ ਸਾਫ਼ ਹੋ ਜਾਏ ਹਾਫ ਆਫ ਦਿ 올ਡ ਮੈਨਸ ਫੇਸ ਐਂਡ 올 ਆਫ ਹਿਸ ਟਰਬਨ ਬਟ ਗੌਨ ਉਸ ਬਜ਼ੁਰਗ ਵਿਅਕਤੀ ਦਾ ਅੱਧਾ ਚਿਹਰਾ ਤੇ ਉਸਨੇ ਪਗੜੀ ਸਾਰੀ ਉਹ ਵਾਲਾ ਹਿੱਸਾ ਛਲਾ ਗਿਆ ਤਸਵੀਰ ਹੀ ਖਤਮ ਹੋ ਗਈ ਉਹ ਓ ਮਾਈ ਗਾਡ ਹੀ ਸੈਟ ਹੈਲਪਲੀ ਉਦਾਸ ਹੋ ਕੇ ਬੇਬਸ ਹੋ ਕੇ ਬੈਠ ਗਿਆ ਆਈ ਕੁਡਨਟ ਮੇਕ ਆਊਟ ਵਟ ਆਨਸਰ ਸੌਰੀ ਬਟ ਬਟ ਆਨਸਰ ਹੀ ਊਡ ਗਿਵ ਟੂ ਹਿਸ ਕਸਟਮਰ ਉਹ ਸੋਚ ਨਹੀਂ ਸਕਿਆ ਕਿ ਕੀ ਆਨਸਰ ਦੇਵੇਗਾ ਉਹਨੂੰ ਕਸਟਮਰ ਨੂੰ ਫੋਟੋ ਹੀ ਖਰਾਬ ਹੋ ਗਈ ਪ੍ਰੇਮ ਤਾਂ ਦੂਰ ਦੀ ਗੱਲ ਹੈ ਹੂ ਹੈਡ ਅ ਫੈਨੈਟਿਕ ਡਿਵੋਸ਼ਨ ਟੂ ਦਾ ਫੋਟੋਗ੍ਰਾਫ ਔਰ ਮੋਰਓਵਰ ਫੈਨੈਟਿਕ ਹੁੰਦਾ ਪਾਗਲਾਂ ਦੀ ਤਰ੍ਹਾਂ ਬਹੁਤ ਜ਼ਿਆਦਾ ਜੋਸ਼ ਭਰੀ ਡਿਵੋਸ਼ਨ ਹੁੰਦਾ ਪਿਆਰ ਸ਼ਰਧਾ ਉਹਦੀ ਤਾਂ ਪੂਰੀ ਸ਼ਰਧਾ ਸੀ ਇਸ ਫੋਟੋ ਪ੍ਰਤੀ ਕੀ ਹੋਊਗਾ ਹੁਣ ਹੀ ਹੈਡ ਨੋ ਸੋਲੂਸ਼ਨ ਟੂ ਦ ਪ੍ਰੋਬਲਮ ਅੰਜ ਲੱਗਿਆ ਕਿ ਉਸ ਸਮੇਂ ਦੇ ਕੋਲ ਕੋਈ ਸੋਲੂਸ਼ਨ ਨਹੀਂ ਸੀ ਐਟ ਦੈਟ ਟਾਈਮ ਕਿਉਂ ਲਿਖਿਆ ਮੈਂ ਬਾਅਦ ਚ ਉਹਨੇ ਇੱਕ ਸੋਲੂਸ਼ਨ ਲੱਭਿਆ ਤਾਂ ਕਰਕੇ ਲਿਖਿਆ ਦ ਗੋਡਸ ਇਨ ਪਿਕਚਰ ਸੀਮ ਟੂ ਟੈਲ ਹਿਮ ਦੈਟ ਹੀ ਸ਼ੁੱਡ ਪ੍ਰੇ ਅੰਜ ਲੱਗਦਾ ਸੀ ਜਿਹੜੀਆਂ ਦੁਕਾਨ 'ਚ ਪਿਕਚਰਸ ਲੱਗੇ ਨਾ ਦੇਵੀ ਦੇਵਤਿਆਂ ਦੀਆਂ ਕਿ ਹੁਣ ਉਹ ਪ੍ਰਾਰਥਨਾ ਕਰ ਬਸ ਪ੍ਰਾਰਥਨਾ ਹੀ ਕੰਮ ਆਊਗੀ ਹੀ ਸਟਾਰਟ ਸਟੇਅਰਡ ਐਟ ਦ ਗੋਡਸ ਇਨ ਪਿਕਚਰਸ ਔਨ ਦ ਵਾਲਸ ਉਹਨੇ ਦੀਵਾਰ ਤੇ ਲੱਗੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੱਲ ਦੇਖਣਾ ਸ਼ੁਰੂ ਕਰਤਾ ਸਟੇਅਰਡ ਹੁੰਦਾ ਘੂਰ-ਘੂਰ ਕੇ ਦੇਖਣਾ ਜਾਂ ਲਗਾਤਾਰ ਦੇਖਣਾ ਸਡਨਲੀ ਆ ਫੋਟੋਗ੍ਰਾਫ ਆਫ ਅ ਪਰਸਨ ਔਨ ਦਾ ਵਾਲ ਹੈਡ ਹੇਲਡ ਹਿਸ ਅਟੈਨਸ਼ਨ ਅਚਾਨਕ ਇੱਕ ਫੋਟੋ ਨੇ ਉਹਦਾ ਧਿਆਨ ਖਿੱਚਿਆ ਅ ਮੀ ਦ ਲੀਸਡ ਮੈਨ ਇਨ ਅ ਡਾਰਕ ਸੂਟ ਐਂਡ ਸਟ੍ਰਾਈਪਡ ਟਾਈ ਇੱਕ ਆਦਮਾ ਮੱਧਵਰਗੀ ਉਮਰ ਵਾਲਾ ਉੱਦਖੜੋ ਮਰਦ ਇੱਕ ਵਿਅਕਤੀ ਜਿਨੇ ਡਾਰਕ ਕਲਰ ਦਾ ਸੂਟ ਪਾਇਆ ਹੈ ਲਾਈਨਾਂ ਵਾਲੀ ਟਾਈ ਬੰਨੀ ਹੋਈ ਹੈ ਮੇਬੀ ਐਨ acceptable substitute substitute ਬਦਲ ਸ਼ਾਇਦ ਕੋਈ ਬਦਲ ਹੋ ਸਕੇ ਮਨ ਲਗਾਦੇ ਦੀ ਥਾਂ ਤੇ ਫੋਟੋ ਦੀ ਥਾਂ ਤੇ ਲੱਗ ਜੇ ਹ ਤਾਂ ਹ ਸੋਹਣੀ ਗੱਲ ਹੈ ਕਿ ਕਿਸੇ ਉਹਦੀ ਫੋਟੋ ਨਹੀਂ ਫਰੇਮ ਕਰ ਦਿੱਤਾ ਜਾਵੇ ਹੀ ਆਲਸੋ ਲੁੱਕਡ ਐਟ ਸੋ ਮੈਨੀ ਫੋਟੋਗ੍ਰਾਫਸ ਇਨ ਦਾ ਵੁੱਡਨ ਬਾਕਸ ਉਹਨੇ ਆਪਦਾ ਵੁੱਡਨ ਬਾਕਸ ਖੋਲਿਆ ਜਿਹਦੇ ਚ ਪਈਆਂ ਸੀ ਨਾ ਅਨਕਲੇਮਡ ਪਿਕਚਰਸ ਪਿੱਛੇ ਜੇ ਦੱਸਿਆ ਸੋਨਮੈਂ ਜਿਹੜੀ ਲੈ ਨਹੀਂ ਸੀ ਆਉਂਦੇ ਆਪਦਾ ਲੱਕੜੀ ਦਾ ਸੰਦੂਕ ਖੋਲਿਆ ਪਿਕਚਰਸ ਦੇਖੀਆਂ ਰਿਜੈਕਟਡ ਮੈਨੀ ਕਈਆਂ ਨਾ ਇਹ ਨਹੀਂ ਠੀਕ ਇਹ ਨਹੀਂ ਠੀਕ ਲੱਕੀਲੀ देयर वाज ਵਨ ਵਿਦ ਵਿਚ ਹੀ ਕੁਡ ਟੇਕ ਅ ਰਿਸਕ ਕਿਸਮਤ ਨਾਲ ਇੱਕ ਫੋਟੋ ਨੂੰ ਲੱਭੀ ਜਿਸ ਦੇ ਨਾਲ ਹੋਰ ਰਿਸਕ ਲੈ ਸਕਦਾ ਸੀ ਦਾ येलो ਟਿੰਟ ਪੀਲਾ ਜਾਂ ਪ੍ਰਿੰਟ ਮੇਬੀ ਸੇਫ ਇਨ 골ਡ ਫਰੇਮ ਤੇ ਉਸ ਸਨੈਰੀ ਫਰੇਮ ਚ ਹੋਰ ਵੀ ਸੋਨਾ ਲੱਗੇਗਾ ਆਫਟਰ ਅ ਕਪਲ ਆਫ ਆਵਰਸ ਹਾਰਡ ਵਰਕ ਸਰਵੇਡ ਦਾ 올ਡ ਮੈਨਸ ਡਬਲ ਕਪਲ ਆਫ ਆਵਰਸ 2 ਘੰਟੇ ਲਗਾ ਲੋ ਲਗਭਗ ਉਨੀ ਮਿਹਨਤ ਤੋਂ ਬਾਅਦ ਉਸ ਨੂੰ 올ਡ ਮੈਨ ਦਾ ਡਬਲ ਮਿਲ ਗਿਆ ਡਬਲ ਮਤਲਬ ਡੁਪਲੀਕੇਟ ਡੁਪਲੀਕੇਟ ਮਤਲਬ ਕੋਈ ਹੋਰ ਪਿੱਕ ਹੋਰ ਫੋਟੋਗ੍ਰਾਫ ਜੋ 올ਡ ਮੈਨ ਵਰਗੀ ਲੱਗੇ प्लीज विद दिस अचीवमेंट फॉर गोट दिस ग्रेट रिस्क खुश हो गया अपनी प्राप्ति से तो एड्डा रिस्क भी भुल गया चलो मिली तो सही कोई फोटो हिफ इज फेकिंग वॉज डिस्कवर्ड जो उसकी फेकिंग उनका झूठ पकड़िया गया तो की करेगा उन्हें सोच रहा अपने मन च लुक माइडियो मैन ही वुड से तो कहूगा उन्हें कहूगा देख व्यक्ति देख मेरे प्यारे प्यारे आई डोंट नो हू वाज बीन ਫੇਟ ਕਿੰਗ ਚੋ ਮੈਨੂੰ ਨਹੀਂ ਪਤਾ ਕਿ ਕੀ ਹੋ ਰਹੀ ਹੈ ਦੈਟਸ ਦਾ ਪਿਕਚਰ ਯੂ ਬ੍ਰੌਟ ਹਿਅਰ ਫਾਰ ਫਰੇਮਿੰਗ ਉਹੀ ਪਿਕਚਰ ਹੈ ਜੋ ਤੁਸੀਂ ਮੇਰੇ ਕੋਲ ਫਰੇਮ ਲਈ ਲੈ ਕੇ ਆਏ ਸੀ ਟੇਕ ਇਟ ਔਰ ਥੋ ਇਟ ਅਵੇ ਲੈ ਜਾਓ ਜਾ ਥੋ ਤੁਹਾਡੀ ਮਰਜ਼ੀ ਹੈ ਪਿਕਚਰ ਉਹੀ ਹੈ ਮੈਂ ਨਹੀਂ ਬਦਲੀ ਦ ਡੇਜ਼ ਦੈਟ ਫਾਲੋਡ ਵਰ ਫਿਲਡ ਵਿਦ ਸਸਪੈਂਸ ਐਂਡ ਐਂਜਾਇਟੀ ਪਰ ਜਿਹੜੇ ਦਿਨ ਅੱਗੇ ਆਉਣ ਵਾਲੇ ਸੀ ਉਹ ਪੂਰੇ ਸਸਪੈਂਸ ਸ਼ੱਕ ਦੇ ਕਹ ਲੋ ਆਪਾਂ ਸੰਦੇਹ ਤੇ ਐਂਜਾਇਟੀ ਉਤੇਜਨਾ ਚਿੰਤਾ ਭਰਪੂਰ ਸਨ ਕਿ ਕੀ ਹੋਵੇਗਾ ਭਾਵੇਂ ਉਹਨੇ ਸੋਚ ਲਿਆ ਕਿ ਮੈਂ ਕਹਿ ਦੂੰਗਾ ਪਰ ਟੈਨਸ਼ਨ ਰਹੀ ਉਹਨਾਂ ਪੂਰੀ ਦੱਤਾ ਵਾਸ ਬੈਂਟ ਓਵਰ ਪੀਸ ਆਫ ਵਰਕ ਬੈਨ ਹੀ ਹੀਅਰਡ ਇਜ਼ ਇਟ ਰੈਡੀ ਦੱਤਾ ਆਪਣੇ ਕੰਮ ਤੇ ਹੀ ਝੁਕਿਆ ਹੋਇਆ ਜਦ ਉਸਨੇ ਹਾਰਡ ਕੀਤਾ ਸੁਣਿਆ ਕਿ ਇਹ ਤਿਆਰ ਸੀ ਹਿਸ ਹਾਰਟ ਬੀਗਨ ਟੂ ਰੇਸ ਸੋ ਦਾ ਦਿਲ ਜਿਵੇਂ ਤੱਕ ਤੱਕ ਕਰਨ ਲੱਗ ਗਿਆ ਦੱਤਾ ਗੇਵ ਦਾ ਫਰੇਮਡ ਫੋਟੋਗ੍ਰਾਫ ਟੂ ਦਾ ਕਸਟਮਰ ਦੱਤਾ ਨੇ ਫਰੇਮ ਕੀਤੀ ਫੋਟੋ ਨੂੰ ਕਸਟਮਰ ਨੂੰ ਦੇ ਦਿੱਤਾ ਕਸਟਮਰ ਵਾਸ ਅਮੇਜ਼ਡ ਟੂ ਸੀ ਇਟਸ ਬਿਊਟੀ ਕਸਟਮਰ ਤਾਂ ਦੀ ਖੂਬਸੂਰਤੀ ਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਫਰੇਮ ਬੜਾ ਸੋਹਣਾ ਸੀ ਤਤ ਹੈਲਡ ਹਿਸ ਬ੍ਰੈਥ ਬ੍ਰੈਥ ਤਤਾ ਨੇ ਆਪਣਾ ਸਾਹ ਜਿਵੇਂ ਰੋਕ ਲਿਆ ਹੀ ਵਾਸ ਨਰਵਸ ਪੂਰੀ ਤਰ੍ਹਾਂ ਉਦਾਸ ਪੂਰੀ ਤਰ੍ਹਾਂ ਪਜ਼ਲਡ ਕਿ ਕੀ ਹੋਗਾ ਵਾਟ ਹੈਵ ਯੂ ਡਨ ਦ ਕਸਟਮਰ ਆਸਕਡ ਕਸਟਮਰ ਨੇ ਗੁੱਸੇ ਨਾਲ ਕਿਹਾ ਕਿ ਇਹ ਤੁਸੀਂ ਕੀ ਕਰ ਦਿੱਤਾ ਤਤਾ ਫੀਅਰਡ ਥੈਟ ਹੀ ਊਡ ਡਿਸਕਵਰ ਦ ਟ੍ਰਿਕ ਹੀ ਹੈਡ ਪਲੇਡ ਔਨ ਹਿਮ ਦੱਤਾ ਡਰ ਗਿਆ ਕਿ ਉਹਨੇ ਤਾਂ ਲੱਭ ਲਈ ਗਲਤੀ ਜਿਹੜੀ ਉਹਨੇ ਕੀਤੀ ਹੈ ਉਹ ਚਲਾਕੀ ਲੱਭ ਲਈ ਬਟ ਹੀ ਟੋਲਡ ਦਿੱਤਾ ਐਂਗਰੀਲੀ ਪਰ ਉਹਨੇ ਗੁੱਸੇ ਨਾਲ ਦਿੱਤਾ ਨੂੰ ਬਤਾ ਕੀ ਕਿਹਾ ਜਿਹੜੀ ਗੱਲ ਸੀ ਉਹ ਤਾਂ ਕਹੀ ਨਹੀਂ ਕੁਝ ਹੋਰ ਕਹਤਾ ਥੈਟ ਹੀ ਹੈਡ ਆਸਕਡ ਫਾਰ ਅ ਕਟ ਮਾਉਂਟ ਵਿਦ ਅ ਨੋਵਲ ਸ਼ੇਪ ਬਟ ਹੀ ਹੈਡ ਗਿਵਨ ਹਿਮ ਅ ਸਕੁਅਰ ਵਨ ਕਿ ਮੈਂ ਤਾਂ ਤੈਨੂੰ oval shape ਕਿਹਾ ਸੀ ਕਟ ਮਾਉਂਟ ਪਰ ਤੋਂ ਮੈਨੂੰ ਸਕੁਅਰ ਬਣਾ ਦਿੱਤੀ ਕਿਉਂਕਿ ਪਿਕਚਰ ਉਹ ਚ ਵਟਣਾਂ ਦੀ ਸੀ ਤਾਂ ਉਹਨੇ ਸਕੁਅਰ ਬਣਾ ਦਿੱਤੀ ਔਰ ਦੂਸਰੀ ਗੱਲ ਉਸਨੇ ਟ੍ਰਿਕ ਪਲੇ ਕੀਤੀ ਫੋਟੋ ਚੇਂਜ ਕਰਤੀ ਫਰੇਮ ਦੀ ਸ਼ੇਪ ਵੀ ਚੇਂਜ ਕਰ ਦਿੱਤੀ ਤੇ ਕਸਟਮਰ ਦਾ ਧਿਆਨ ਕਾਦੇ ਵੱਲ ਗਿਆ ਫਰੇਮ ਦੀ ਸ਼ੇਪ ਵੱਲ ਉਹਦੀ ਅਸਲੀ ਫੋਟੋ ਵੱਲ ਤੱਕ ਗਿਆ ਹੀ ਨਹੀਂ ਤਾਂ ਇੱਥੇ ਦੇਖੋ ਕਿੱਡਾ ਬਿਆੰਕ ਕੀਤਾ ਗਿਆ ਕਿ ਕਸਟਮਰ ਨੂੰ ਵੀ ਆਪਣੇ ਦਾਦਾ ਜੀ ਨਾਲ ਨਾਨਾ ਪਿਆਰ ਸੀ ਪਰ ਆਏ ਪਤਾ ਨਹੀਂ ਲੱਗੇ ਕਿ ਫੋਟੋਗ੍ਰਾਫ ਕੀ ਦੀ ਹੈ ਤੇ ਉਹਦਾ ਵੀ ਸਿਰਫ ਬਿਊਟੀ ਯਾਨੀ ਕਿ ਅਸੀਂ ਬਜ਼ੁਰਗ ਵਿਅਕਤੀਆਂ ਨੂੰ ਸਿਰਫ ਖੂਬਸੂਰਤੀ ਲਈ ਯਾ ਸ਼ੋਅ ਆਫ ਲੀ ਵਰਤਦੇ ਆ ਇਹ ਵੀ ਇੱਥੇ ਬਿਆਨ ਕੀਤਾ ਗਿਆ ਔਰ ਦੂਸਰੀ ਗੱਲ ਕੀ ਦਿੱਤਾ ਇਨਾ ਸਮਾਰਟ ਨਿਕਲਿਆ ਉਹਨੇ ਆਪਣੀ ਗਲਤੀ ਨੂੰ ਬੜੀ ਆਸਾਨੀ ਨਾਲ ਛੁਪਾ ਲਿਆ ਤੇ ਡਰਦਾ ਜ਼ਰੂਰ ਰਿਹਾ ਟੈਨਸ਼ਨ ਜ਼ਰੂਰ ਰਿਹਾ ਪਰ ਅੰਤ ਵਿੱਚ ਸਫਲ ਹੋ ਗਿਆ ਤਾਂ ਇਹ ਤੇ ਐਸੀ ਸਾਡੀ ਕਹਾਣੀ 골ਡ ਫਰੇਮ ਸੁਨੈਰੀ ਰੰਗ ਦਾ ਫਰੇਮ ਤਾਂ ਮੇਰੇ ਖਿਆਲ ਚ ਪਿਆਰੇ ਬੱਚਿਓ ਤੁਹਾਨੂੰ ਸਾਰੇ ਦੇ ਸਾਰੇ ਪ੍ਰਸ਼ਨ ਇਹਦੇ ਵਿੱਚੋਂ ਮਿਲ ਜਾਣਗੇ ਔਰ ਤੁਸੀਂ ਧਿਆਨ ਨਾਲ ਇਸ ਨੂੰ ਸੁਣੋਗੇ ਵੀ ਦੇਖੋਗੇ ਵੀ ਤੇ ਯਾਦ ਵੀ ਕਰੋਗੇ ਨੋਟਸ 'ਤੇ ਬਣਾਓਗੇ ਠੀਕ ਹੈ ਬੇਟਾ ਥੈਂਕ ਯੂ ਬੇਟਾ